ਇੱਕ ਪਾਸੇ ਆਮ ਆਦਮੀ ਪਾਰਟੀ ਤੇ ਦੂਜੇ ਪਾਸੇ ਭਾਜਪਾ ਨਸ਼ੇ ਖਿਲਾਫ ਸੜਕਾਂ ਤੇ ਹੈ। ਹਰ ਕੋਈ ਇਹੋ ਕਹਿ ਰਿਹਾ ਰੋਂਦਾ ਪੰਜਾਬ ਲਿਆ ਕੇ ਕੈਪਟਨ ਦੀ ਸਰਕਾਰ। ਜੀ ਹਾਂ, ਆਖਿਰਕਾਰ ਭਾਜਪਾ ਨੂੰ ਵੀ ਪੰਜਾਬ ਵਿੱਚ ਵਿਕ ਰਿਹਾ ਨਸ਼ਾ ਦੇਖਿਆ। 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਬਣ ਕੇ ਪੰਜਾਬ ਵਿੱਚ ਸੱਤਾ ਹੰਢਾ ਚੁੱਕੀ ਭਾਜਪਾ ਹੁਣ ਪੰਜਾਬ ਲਈ ਲੰਮੇ ਲੰਮੇ ਹੰਝੂ ਵਹਾ ਰਹੀ ਹੈ ਅਤੇ ਕੈਪਟਨ ਨੂੰ ਨਸ਼ਿਆਂ ਦੇ ਖਿਲਾਫ਼ ਕਾਰਵਾਈ ਨਾ ਕਰਨ ਦੇ ਵਿੱਚ ਕੁਰਸੀ ਛੱਡਣ ਦੀ ਮੰਗ ਕਰ ਰਹੀ ਹੈ। ਅੰਮ੍ਰਿਤਸਰ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ 'ਚ ਕੀਤੇ ਗਏ ਰੋਸ ਪ੍ਰਦਰਸ਼ਨ 'ਚ ਭਾਜਪਾ ਨੇ ਕੈਪਟਨ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕਾਂਗਰਸ ਦੇ ਖੂਨੀ ਪੰਜੇ ਨੇ ਦਬੋਚ ਲਿਆ ਔਰ ਖੂਨ ਚੂਸ ਰਿਹਾ ਪੰਜਾਬੀਆਂ ਦਾ। ਅੱਜ ਨਸ਼ਾ ਮਾਫੀਆ, ਰੇਤ ਮਾਫੀਆ ਦੀ ਸਰਕਾਰ ਚੱਲ ਰਹੀ ਹੈ ਔਰ ਕਾਂਗਰਸੀ ਉਹਨਾਂ ਨੂੰ ਤਾਕਤ ਦੇ ਰਹੇ ਨੇ। ਅੱਜ 16 ਮਹੀਨੇ ਹੋ ਗਏ, ਅੱਜ ਇਹ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਨੇ ਗੁਟਕਾ ਸਾਹਿਬ ਫੜ ਕੇ ਕਸਮ ਖਾਧੀ ਸੀ ਕਿ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਾਂਗੇ। ਅੱਜ 16 ਮਹੀਨੇ ਬਾਅਦ ਉਹ ਖੁਦ ਮੰਨ ਰਹੇ ਨੇ ਕਿ ਪੰਜਾਬ ਬੁਰੀ ਤਰ੍ਹਾਂ ਨਸ਼ਿਆਂ ਦਾ ਸ਼ਿਕਾਰ ਹੈ। ਅੱਜ ਕੈਬਨਿਟ ਮੀਟਿੰਗ ਕਰ ਰਹੇ ਨੇ, ਅੱਜ ਉਹਨਾਂ ਦਾ MP ਗੁਰਜੀਤ ਸਿੰਘ ਔਜਲਾ ਜੀ ਲੋਕਾਂ ਦੇ ਘਰਾਂ 'ਚ ਜਾ ਕੇ ਪ੍ਰਮਾਣ ਦੇ ਰਹੇ ਨੇ ਕਿ ਪੰਜਾਬ ਨਸ਼ਿਆਂ ਦਾ ਸ਼ਿਕਾਰ ਹੈ। ਘਰ ਘਰ ਜਾ ਕੇ ਉਹ ਆਪਣੀ ਸਰਕਾਰ ਦੇ ਖਿਲਾਫ਼ ਪ੍ਰਮਾਣ ਦੇ ਰਹੇ ਨੇ ਕਿ ਪੰਜਾਬ ਵਿੱਚ ਅੱਜ ਨਸ਼ਿਆਂ ਦਾ ਪੂਰਾ ਕਾਰੋਬਾਰ ਹੈ, ਨਸ਼ੇੜੀ ਨੇ। ਅੱਜ ਰਾਣਾ ਗੁਰਜੀਤ ਸਿੰਘ ਇਹਨਾਂ ਦੇ ਸਾਬਕਾ ਮੰਤਰੀ ਨੇ ਖੁੱਲ੍ਹੇ ਤੌਰ 'ਤੇ ਐਲਾਨ ਕੀਤਾ ਕਿ ਕਾਂਗਰਸੀਓ 36 ਮਹੀਨੇ ਤੁਹਾਡੇ ਪੈਰ ਉਖੜ ਜਾਣੇ ਨੇ, ਜਨਤਾ ਤੁਹਾਡੇ ਵਿਰੁੱਧ ਹੋ ਗਈ ਹੈ। ਨਸ਼ਿਆਂ ਖਿਲਾਫ਼ ਸੜਕਾਂ 'ਤੇ ਲੜਾਈ ਲੜਨ ਉਤਰੇ ਸ਼ਵੇਤ ਮਲਿਕ ਇੱਥੇ ਵੀ ਵੋਟਾਂ ਦੀ ਸਿਆਸਤ ਕਰਦੇ ਨਜ਼ਰ ਆਏ ਅਤੇ ਗੱਲਾਂ ਗੱਲਾਂ ਵਿੱਚ ਹੀ ਲੋਕ ਸਭਾ ਚੋਣਾਂ ਦੀ ਜਿੱਤ ਦਾ ਦਾਅਵਾ ਠੋਕ ਗਏ। ਗੱਲ ਇਸ ਤਰ੍ਹਾਂ ਹੈ ਕਿ ਜਨਤਾ ਜਦੋਂ ਖੜੀ ਹੁੰਦੀ ਹੈ ਤਾਂ ਕ੍ਰਾਂਤੀ ਆਉਂਦੀ ਹੈ। ਅੱਜ ਜਨਤਾ ਸੜਕਾਂ 'ਤੇ ਖੜੀ ਹੋ ਗਈ ਹੈ। ਅੱਜ ਸਮਾਜਿਕ ਸੰਸਥਾਵਾਂ, ਧਾਰਮਿਕ ਸੰਸਥਾਵਾਂ, NGOs, ਰਾਜਨੀਤਿਕ ਪਾਰਟੀਆਂ, ਸਾਰੀਆਂ ਓਪੋਜੀਸ਼ਨ ਦੀਆਂ ਇਹ ਸਰਕਾਰ ਦੇ ਖਿਲਾਫ਼ ਲੋਕਾਂ ਦੇ ਨਾਲ ਸੜਕਾਂ 'ਤੇ ਆ ਗਈਆਂ। ਭਾਰਤੀ ਜਨਤਾ ਪਾਰਟੀ ਚੌਂਕੀਦਾਰ ਦਾ ਰੋਲ ਅਦਾ ਕਰੇਗੀ। ਲੋਕਾਂ ਦੀ ਲੜਾਈ ਲੋਕਾਂ 'ਚ ਰਹਿ ਕੇ ਲੋਕਾਂ 'ਚ ਲੜਾਂਗੇ ਔਰ ਇਹ ਸਰਕਾਰ ਜਿਹੜੀ ਕਿ ਡਿਊਟੀਆਂ ਤੋਂ ਭੱਜ ਗਈ ਹੈ, ਜਿਹੜੀ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਗਈ ਹੈ, ਉਹਨੂੰ ਜਨਤਾ ਦੀ ਅਦਾਲਤ 'ਚ ਪੇਸ਼ ਕਰਾਂਗੇ। 2019 ਜਨਤਾ ਦੁਆਰਾ ਉਹਨੂੰ ਕੜੀ ਸਜ਼ਾ, ਵੱਡੀ ਸਜ਼ਾ ਦਵਾ ਕੇ 13 ਦੇ 13 ਲੋਕ ਸਭਾ ਸੀਟਾਂ ਸ਼੍ਰੋਮਣੀ ਅਕਾਲੀ ਦਲ BJP ਦੇ ਕੈਂਡੀਡੇਟ ਜਿੱਤਣਗੇ ਔਰ ਮੋਦੀ ਸਾਹਿਬ ਨੂੰ ਸਸ਼ਕਤ ਕਰਨਗੇ, ਜਿਨ੍ਹਾਂ ਦੇ ਸੁਰੱਖਿਅਤ 27 ਦੇਸ਼ ਤਰੱਕੀ ਕਰ ਰਿਹਾ। ਕਾਂਗਰਸ ਦੀ ਪੰਜਾਬ ਸਰਕਾਰ ਕਰਕੇ ਪੰਜਾਬ ਗਰਕ ਹੋ ਰਿਹਾ, ਪੰਜਾਬ ਅਪਰਾਧੀਆਂ ਦੇ ਚੁੰਗਲ 'ਚ ਆ ਗਿਆ। ਉਧਰ ਜਲੰਧਰ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕੈਪਟਨ ਸਰਕਾਰ ਨੂੰ ਹਰ ਫਰੰਟ 'ਤੇ ਫੇਲ ਕਰਾ ਦਿੱਤਾ। ਇੱਥੇ ਭਾਜਪਾ ਦੇ ਆਗੂਆਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਵਿਰੋਧ ਜਤਾਇਆ। ਅਕਾਲੀ ਭਾਜਪਾ ਨੇ ਕੋਸ਼ਿਸ਼ ਕੀਤੀ, ਨਹੀਂ ਕਾਮਯਾਬ ਹੋਏ, ਠੀਕ ਹੈ ਨਾ, ਔਰ ਕੋਸ਼ਿਸ਼ ਕੀਤੀ, ਪੰਜਾਬ ਦੀ ਜਨਤਾ ਨੇ ਬਦਲ ਦਿੱਤਾ। ਹੁਣ ਤਾਂ ਜ਼ਿੰਮੇਵਾਰੀ ਕਾਂਗਰਸ ਸਰਕਾਰ ਦੀ ਹੈ, ਹੁਣ ਤਾਂ ਉਹਨਾਂ ਦੀ ਹੈ ਜਿਹਨਾਂ ਨੇ ਕਸਮਾਂ ਖਾਧੀਆਂ ਸੀ 4 ਹਫ਼ਤਿਆਂ 'ਚ ਜਿਹੜਾ ਹੈਗਾ ਅਸੀਂ ਨਸ਼ਾ ਮੁਕਤ ਕਰ ਦਾਂਗੇ ਪੰਜਾਬ ਨੂੰ, ਔਰ ਨਸ਼ਾ ਗ੍ਰਸਤ ਕਰ ਰਹੇ ਆ। ਹੁਣ ਤਾਂ ਸਵਾਲ ਇਹਨਾਂ ਦਾ ਹੈਗਾ ਔਰ ਇਹ ਬਜਾਏ ਇਹ ਕਿ ਵੀ ਇਸ ਨੂੰ ਨੱਥ ਪਾਉਣ ਦੇ, ਅਸੀਂ ਕੋਪਰੇਟ ਕਰਨ ਨੂੰ ਤਿਆਰ ਹੈ ਜਿੱਥੇ ਕਹੋ ਉਹਨੂੰ। ਔਰ ਜਿਹੜੀ ਚੀਜ਼ਾਂ ਆ ਰਹੀਆਂ ਕਿ ਪੁਲਿਸ ਇਨਵੋਲਵ ਹੋ ਰਹੀ ਹੈ ਔਰ ਉਹਨਾਂ ਦੇ ਪੂਰਵ ਮੰਤਰੀ ਕਹਿ ਰਹੇ ਆ, MLA ਕਹਿ ਰਹੇ ਆ ਕਿ ਸਾਡੀ ਕੋਈ ਸੁਣਾਈ ਨਹੀਂ ਹੈ, ਆ ਫਲਾਣਾ ਸਾਹਿਬ ਇੰਸਪੈਕਟਰ ਨਸ਼ਾ ਵੇਚਦਾ, ਸੋ ਉਹਨੂੰ ਨਹੀਂ ਬਦਲਿਆ ਜਾ ਰਿਹਾ। ਹਾਲਾਤ ਕੀ ਹੈ ਕਿ ਮੁੱਖ ਮੰਤਰੀ ਦਾ ਤਾਲਮੇਲ ਵਿਧਾਇਕਾਂ ਨਾਲ ਨਹੀਂ, ਮੰਤਰੀਆਂ ਦੇ ਨਾਲ ਨਹੀਂ ਹੈ, ਔਰ ਇਸ ਕਾਰਨ ਜਿਹੜਾ ਹੈਗਾ ਕਿ ਅੱਜ ਪੂਰੀ ਤਰ੍ਹਾਂ ਖੁੱਲ੍ਹੇ ਰੂਪ ਦੇ ਵਿੱਚ ਕਿ ਵੀ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ, ਠੀਕ ਹੈ ਨਾ, ਖੇਤੀ ਕਿੰਨੇ ਬਚਾਉਣੀ ਹੈ, ਪੁਲਿਸ ਨੇ ਜਿਹੜਾ ਹੈਗਾ, ਪੁਲਿਸ ਹੀ ਨਾਲ ਇਨਵੋਲਵ ਹੋਵੇ, ਠੀਕ ਹੈ ਨਾ। ਤਾਂ ਉਸ ਨਾਤੇ ਜਿਹੜਾ ਹੈਗਾ ਅੱਜ ਹਾਲਾਤ ਇਹ ਹੈ ਕਿ ਬਜਾਏ ਨਵੀਂ ਨੀਤੀ ਬਣਾਉਣ ਦੇ, ਉਸ ਨੂੰ ਨੱਥ ਪਾਉਣ ਦੇ, ਉਸ ਨੂੰ ਹੋਰ ਢੰਗ ਦੇ ਨਾਲ ਕਿ ਵੀ ਕਿਸ ਢੰਗ ਦੇ ਨਾਲ ਅਸੀਂ ਮਕੈਨਿਜ਼ਮ ਡਿਵੈਲਪ ਕਰੀਏ, ਅਸੀਂ ਬਹਾਨੇਬਾਜ਼ੀ ਬਣਾ ਰਹੇ ਹਾਂ। ਕਾਂਗਰਸ ਸਰਕਾਰ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਨਸ਼ਿਆਂ ਦੇ ਮੁੱਦੇ ਨੂੰ ਮੀਡੀਆ ਦੀ ਦੇਣ ਦੱਸਦੀ ਸੀ,
ਪਰ ਹੁਣ ਸਰਕਾਰ ਬਦਲਦਿਆਂ ਹੀ ਭਾਜਪਾ ਦੇ ਸੁਰ ਵੀ ਬਦਲ ਗਏ ਨੇ ਅਤੇ ਭਾਜਪਾ ਪੰਜਾਬ ਨੂੰ ਨਸ਼ਿਆਂ ਤੋਂ ਗ੍ਰਸਤ ਸੂਬਾ ਕਰਾਰ ਦੇ ਰਹੀ ਹੈ। ਖੈਰ ਸਿਆਸਤ ਦਾ ਆਪਣਾ ਇੱਕ ਢੰਗ ਹੈ, ਪਰ ਸੱਚ ਤਾਂ ਇਹ ਹੈ ਕਿ ਪੰਜਾਬ ਵਿੱਚ ਸਰਕਾਰ ਕੋਈ ਵੀ ਹੋਵੇ, ਨਸ਼ਿਆਂ ਦਾ ਦਰਿਆ ਉਵੇਂ ਹੀ ਵਗ ਰਿਹਾ ਜਿਸ ਤਰ੍ਹਾਂ ਪਿਛਲੀ ਸਰਕਾਰ ਦੇ ਵੇਲੇ ਵਗਦਾ ਸੀ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।